ವಾಹಿ ಗುರು ಮಹಾಪುರುಷ ಅತೆ ಸಿಂಗ್ ಸಾಹಿಬಾನ್ ಜೀ ದಿ ಅಸੀ ಸತ್ಕಾರ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਵੱਲੋਂ ਬੰਦੀ ਛੋੜ ਦਿਵਸ ਨੂੰ ਸਮਰਪਿਤ 33ਵਾਂ ਸਲਾਨਾ ਗੁਰਮਤ ਸਮਾਗਮ ਮਿਤੀ 30 ਸਤੰਬਰ ਤੋਂ 2 ਅਕਤੂਬਰ 2016 ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਮਿਤੀ 2 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਗੁਰਮਤ ਸਮਾਗਮ ਹੋਵੇਗਾ, ਜਿਸ ਵਿੱਚ ਕਵੀ ਦਰਬਾਰ, ਕੀਰਤਨ ਦਰਬਾਰ ਤੋਂ ਇਲਾਵਾ 13 ਸਾਬਤ ਸੂਰਤ ਲੋੜਵੰਦ ਬੱਚੀਆਂ ਦੇ ਆਨੰਦ ਕਾਰਜ ਵੀ ਹੋਣਗੇ। ਹਰੇਕ ਬੱਚੇ ਬੱਚੀ ਨੂੰ ਜ਼ਰੂਰੀ ਸਮਾਨ ਤੋਂ ਇਲਾਵਾ 180 ਲੀਟਰ ਦਾ ਫਰਿੱਜ ਵੀ ਦਿੱਤਾ ਜਾਵੇਗਾ। ਜ਼ਰੂਰੀ ਬੇਨਤੀ, ਲੋੜਵੰਦ ਸਾਬਤ ਸੂਰਤ ਪਰਿਵਾਰ ਜਿਨ੍ਹਾਂ ਦੇ ਰਿਸ਼ਤੇ ਪਹਿਲਾਂ ਹੀ ਆਪਸ ਵਿੱਚ ਤੈਅ ਹੋਏ ਹਨ, ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। 98765-25815, 98765-25820। ऐसा गुरवड पागी पाया, ऐसा गुरवड पागी पाया। गुरु अर्जन देव जी किन्ने रुझेवे होणगे, किन्ने बिजी, पर हैरान है दास, ਇੰਨੇ ਰੁਝੇਵਿਆਂ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਇੱਕ ਘੰਟਾ ਰੋਜ਼ ਕੱਢਦੇ ਨੇ ਕਿਸ ਵਾਸਤੇ? ਤਰਨ ਤਾਰਨ ਜਿਹੜਾ ਕੋੜਖਾਨਾ, ਜਿਨ੍ਹਾਂ ਨੂੰ ਤਨ ਕਰਕੇ ਰੋਗੀ ਹੋ ਗਏ, ਦੁਖੀ ਨੇ, ਉਹਨਾਂ ਦੀ ਆਪ ਹੱਥੀ ਸੇਵਾ ਕਰਦੇ ਨੇ ਜਾ ਕੇ। ਵਿੱਚ ਦੁਨੀਆ ਸੇਵ ਤੋਂ ਆਈ ਏ, ਵਿੱਚ ਦੁਨੀਆ ਸੇਵ ਤੋਂ ਆਈ ਏ। ਬੋਲੋ ਭੈਣੋ, ਵਿੱਚ ਦੁਨੀਆ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੇ ਕੈਲੰਡਰ ਛਾਪੇ ਹੈ, ਸਿੱਖ ਨੇ ਟਰੇ ਫੜੀ ਹੈ, ਵਿੱਚ ਦਵਾਈਆਂ ਪਈਆਂ, ਰੂੰ ਪਿਆ, ਅਤੇ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਕੋੜਖਾਨੇ ਇੱਕ ਇੱਕ ਕੌੜੀ ਦੀ ਸਾਸ ਸੰਗਤ ਆਪ ਹੱਥੀ ਸੇਵਾ ਕਰਦੀ। ਇਹ ਤੀਜੀ ਦਇਆ, ਕੋਈ ਤਨ ਕਰਕੇ ਰੋਗੀ ਹੈ ਜਾਂ ਦੁਖੀ ਹੈ, ਉਹਦੀ ਸੇਵਾ। ਫਿਰ ਤੁਸੀਂ ਹੋਰ ਜ਼ਿਕਰ ਵੇਖੋ, ਤੁਸੀਂ ਸਾਰੀ ਸੰਗਤ ਇੱਕ ਸਾਖੀ ਸੁਣਦੇ ਹੁੰਦੇ ਹੋ ਭਾਈ ਸੁਜਾਨਾ ਜੀ ਦੀ, ਭਾਈ ਸੁਜਾਨ ਸਿੰਘ, ਉਹਦੇ ਪੁੱਤਰ ਵੱਡੇ ਹੋ ਗਏ ਸੀ ਅਤੇ ਸਭ ਘਰ ਬਾਰ ਛੱਡ ਕੇ ਅਤੇ ਗੁਰੂ ਗੋਬਿੰਦ ਸਿੰਘ ਜੀ ਕੋਲ ਚਲੇ ਗਏ ਸੀ ਸੁਜਾਨ ਸਿੰਘ, ਅਤੇ ਇੱਥੋਂ ਤੱਕ ਕਹਿੰਦੇ ਸੀ ਵੀ ਮੈਨੂੰ ਚੌਰ ਸਾਹਿਬ ਦੀ ਸੇਵਾ ਦਿਓ, ਮੈਨੂੰ ਕੱਪੜੇ ਧੋਣ ਦੀ ਸੇਵਾ ਦਿਓ, ਪ੍ਰਸ਼ਾਦਾ ਲਿਆਉਣ ਦੀ ਸੇਵਾ ਦਿਓ। ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕੋਈ ਗੁਣ ਹੈਗਾ? ਕਹਿੰਦਾ ਮੈਂ ਘੀਮੀ ਦਾ ਕੰਮ ਜਾਣਨਾ। ਅਤੇ ਮਹਾਰਾਜ ਨੇ ਕਿਹਾ ਸੀ ਆਨੰਦਪੁਰ ਸਾਹਿਬ ਤੋਂ 20 ਮੀਲ ਦੂਰ ਦੁਕਾਨ ਪਾ ਲੈ, ਆਏ ਗਏ ਰਾਈ ਨੂੰ ਮਲਮ ਪੱਟੀ ਕਰਿਆ ਕਰ, ਕੋਈ ਤਨ ਦਾ ਰੋਗੀ ਆ ਜੇ, ਤਨ ਦਾ ਦੁਖੀ ਦਵਾਈ ਵੀ ਦਿਆ ਕਰ, ਬਿਲਕੁਲ ਵਿਹਲਾ ਹੋਵੇ ਜਲ ਛਕਾਇਆ ਕਰ। ਸਾਖੀ ਤੁਸੀਂ ਸੁਣੀ ਹੈ, ਮਹਾਰਾਜ ਭੇਸ ਬਦਲਾ ਕੇ ਚਲੇ ਗਏ ਸੀ, ਮੇਰਾ ਹੁਕਮ ਮੰਨਦਾ ਪਿਆ, ਅਤੇ ਜਦੋਂ ਹੁਕਮ ਮੰਨਣ ਵਿੱਚ ਉਹ ਪਾਸ ਹੋ ਗਿਆ ਅਤੇ ਕਲਗੀਧਰ ਮਹਾਰਾਜ ਨੇ ਆਖਿਆ ਸੀ ਜਿਹਦੀ ਸਵੇਰੇ ਪੱਟੀ ਕੀਤੀ ਆ ਉਹ ਮੈਂ ਸੰਗਜ ਕੇ ਆਖੋ ਸਤਨਾਮ। ਕਿੰਨੀ ਵੱਡੀਆਂ ਖੁਸ਼ੀਆਂ ਨੂੰ ਦਿੱਤੀਆਂ ਜਿੰਨੇ ਮੇਰੇ ਵੀਰ ਭੈਣਾਂ। ਇਹ ਤੀਜੀ ਦਇਆ, ਕੋਈ ਤਨ ਕਰਕੇ ਰੋਗੀ, ਕੋਈ ਤਨ ਕਰਕੇ ਦੁਖੀ, ਤੁਹਾਡੇ ਰਾਹੀਂ ਉਹਨੂੰ ਸੁੱਖ ਪ੍ਰਾਪਤ ਹੋਵੇ, ਆਖੋ ਸਤਨਾਮ।
ਖੁਸ਼ੀ ਹੈ ਪਰਮੇਸ਼ਰ ਦੀ। ਤੁਸੀਂ ਇੱਕ ਇਤਿਹਾਸ ਸੁਣਿਆ ਹੋਵੇਗਾ, ਕ੍ਰਿਸ਼ਨ ਜੀ ਦਰਬਾਰ 'ਚ ਬਹਿਣਾ ਨਾ, ਅਤੇ ਪੰਜਵਾਂ ਪਾਂਡਵਾਂ ਵਿੱਚ ਸੀ ਯੁਧਿਸ਼ਟਰ, ਉਹਨੇ ਜਦੋਂ ਦਰਬਾਰ 'ਚ ਆਉਣਾ ਅਤੇ ਕ੍ਰਿਸ਼ਨ ਜੀ ਨੇ ਆਉਂ ਸੱਜਾ ਹੱਥ ਕਰਕੇ ਕਹਿਣਾ, ਆਓ ਰਾਜਨ ਬੈਠੋ, ਆਖੋ ਸਤਨਾਮ, ਆਓ ਰਾਜਨ ਬੈਠੋ। ਜਦੋਂ ਦਰਬਾਰ ਲੱਗਾ ਹੋਣਾ ਤੇ ਬਿਦਰ ਨੇ ਆਉਣਾ, ਬਿਦਰ ਨੇ, ਤੇ ਕ੍ਰਿਸ਼ਨ ਜੀ ਨੇ ਬੜੇ ਪਿਆਰ ਨਾਲ ਨਾ ਇਹ ਦੋਵੇਂ ਹੱਥਾਂ 'ਚ ਕਰ ਲੈਣੇ, ਉਹਨੂੰ ਇਕੱਲੇ ਨਾ ਕਹਿਣਾ ਆਓ ਰਾਜਨ ਬੈਠੋ, ਬਿਦਰ ਨੇ ਆਉਣਾ ਤੇ ਦੋਵੇਂ ਹੱਥਾਂ 'ਚ ਤੇ ਕਹਿਣਾ ਕਿ ਆਓ ਭਗਤ ਜੀ ਬੈਠੋ। ਜਿਵੇਂ ਕਈ ਵਾਰੀ ਅੰਦਰ ਖੁੜਕਦੀ ਨਾ ਬੰਦੇ ਦੇ, ਯੁਧਿਸ਼ਟਰ ਦੇ ਅੰਦਰ ਖੁੜਕਣੀ, ਮੈਨੂੰ ਭਗਤ ਕਿਉਂ ਨਹੀਂ ਕਹਿੰਦੇ, ਹਾਂ ਕੋ ਸਤਨਾਮ, ਝੂਠ ਮੈਂ ਨਹੀਂ ਕਦੀ ਬੋਲਿਆ, ਮੈਂ ਵੀ ਸੱਚ 'ਤੇ ਚੱਲਣ ਦਾ ਯਤਨ ਕਰਦਾ, ਗੁਣ ਮੇਰੇ 'ਚ ਇੰਨੇ ਨੇ, ਮੈਨੂੰ ਇੱਕ ਹੱਥ ਨਾਲ ਕਹਿੰਦੇ ਨੇ ਆਓ ਰਾਜਨ ਜੀ ਬੈਠੋ, ਬਿਦਰ ਆਵੇ ਤਾਂ ਕਹਿੰਦੇ ਆਓ ਭਗਤ ਜੀ ਬੈਠੋ। ਅੰਦਰ ਕਹਿੰਦੇ ਇੱਕ ਦਿਨ ਯੁਧਿਸ਼ਟਰ ਘੋੜੇ 'ਤੇ ਜਾ ਰਿਹਾ ਜੰਗਲ ਵਿੱਚ, ਅੱਗੇ ਚਲਾ ਗਿਆ ਜਾ ਰਿਹਾ ਜੰਗਲ ਵਿੱਚ, ਅਤੇ ਕਹਿੰਦੇ ਭੀਲਾਂ ਦੀ ਲੜਕੀ ਦੀ ਰੋਣ ਦੀ ਆਵਾਜ਼ ਆਈ, ਰੋਣ ਦੀ ਆਵਾਜ਼ ਨਾ ਇੰਨਾ ਦਰਦ ਰੋਣ ਦਾ ਕਿ ਸੁਣਿਆ ਨਾ ਜਾਵੇ, ਅਤੇ ਯੁਧਿਸ਼ਟਰ ਨੇ ਘੋੜਾ ਦੌੜਾਇਆ ਉਸ ਆਵਾਜ਼ ਦੇ ਮਗਰ, ਜਿੱਥੋਂ ਆਵਾਜ਼ ਆਉਂਦੀ ਉੱਧਰ ਘੋੜਾ ਦੌੜਾਉਣਾ, ਹੁਣ ਜਿੱਥੋਂ ਜਿੱਥੋਂ ਆਵਾਜ਼ ਆਵੇ ਉੱਧਰ ਘੋੜਾ ਖੜਦਾ, ਅਤੇ ਖੜਦਿਆਂ ਖੜਦਿਆਂ ਝੁੱਗੀ ਵਿੱਚ ਭੀਲਾਂ ਦੀ ਲੜਕੀ ਉਹਦੀ ਆਵਾਜ਼ ਰੋਂਦੀ ਪਈ ਹੈ, ਦਰਦ ਨਾਲ ਵਿਲਕਾਰ ਰਹੀ, ਅਤੇ ਯੁਧਿਸ਼ਟਰ ਅੰਦਰ ਜਾ ਕੇ ਕਹਿੰਦਾ ਕਿ ਇਹ ਬੱਚੀ ਇਹ ਰੋ ਕਿਉਂ ਰਹੀ ਹੈ, ਅੱਗੋਂ ਕੀ ਕਹਿੰਦੀ ਹੈ, ਕਹਿੰਦੀ ਮੈਨੂੰ ਬੱਚਾ ਹੋਣ ਵਾਲਾ ਹੈ, ਮੇਰੇ ਪੇਟ 'ਚ ਬੱਚਾ ਹੈ, ਸਮਾਂ ਪੂਰਾ ਹੋ ਗਿਆ, ਮੇਰੇ ਘਰ ਦੇ ਸਾਰੇ ਗਰੀਬ ਨੇ ਕਿਰਤ ਕਰਨ ਗਏ, ਘਰ ਕੋਈ ਨਹੀਂ ਹੈ, ਮੈਂ ਦਰਦ ਨਾਲ ਵਿਲਕਾਰ ਰਹੀ ਹਾਂ। ਅਤੇ ਯੁਧਿਸ਼ਟਰ ਅੱਗੋਂ ਕਹਿੰਦਾ ਵੀ ਮੈਂ ਤੇਰੇ ਕਿਸੇ ਕੰਮ ਆ ਸਕਾਂ, ਕਹਿੰਦੀ ਇਸ ਵੇਲੇ ਮੈਨੂੰ ਲੋੜ ਹੈ ਕੋਈ ਤੇਲ ਮੇਰੇ ਪੇਟ 'ਤੇ ਮੱਲੇ, ਅਤੇ ਤੇਲ ਮੇਰੀਆਂ ਤਲੀਆਂ ਅਤੇ ਪੈਰਾਂ ਦੀਆਂ ਤਲੀਆਂ 'ਤੇ ਝੱਸੇ, ਅਤੇ ਇਹ ਅਗਰ ਮੈਂ ਬੱਚੇ ਨੂੰ ਸੌਖਾ ਜਨਮ ਦੇ ਦਿਆਂ, ਮੈਂ ਉਸ ਦਰਦਾਂ ਦੇ ਨਾਲ ਵਿਲਕਾਰ ਰਹੀ ਹਾਂ। ਹੁਣ ਕਿੱਥੇ ਉਹ ਵੱਡਾ ਯੁਧਿਸ਼ਟਰ ਪਾਂਡਵ ਇਤਿਹਾਸ 'ਚ ਲਿਖਿਆ, ਵੇਖੋ ਦਇਆ, ਉਹਦਾ ਤਨ ਦੁਖੀ ਹੈ। ਯੁਧਿਸ਼ਟਰ ਨੇ ਕਾਲੇ ਰੰਗ ਦੀ ਪੱਟੀ ਲਈ ਅਤੇ ਅੱਖਾਂ 'ਤੇ ਬੰਨ ਲਈ, ਕਿ ਔਰਤ ਹੈ ਆਪਣੀ ਅੱਖਾਂ 'ਤੇ ਪੱਟੀ ਬੰਨ ਲਈ ਕਾਲੇ ਰੰਗ ਦੀ, ਅਤੇ ਕਹਿੰਦੇ ਤੇਲ ਲਿਆ ਉਹਦੇ ਪੇਟ 'ਤੇ ਮੱਲਿਆ, ਤੇਲ ਲਿਆ ਹੈ ਹੁਣ ਰਾਜਾ ਹੈ ਪਾਂਡਵ ਹੈ ਕਿੱਡਾ, ਤੇਲ ਲਿਆ ਉਹਦੇ ਪੈਰਾਂ ਦੀਆਂ ਤਲੀਆਂ 'ਤੇ ਮੱਲਿਆ, ਤੇਲ ਲਿਆ ਉਹਦੇ ਪੇਟ 'ਤੇ ਮੱਲਿਆ, ਆਪਣੇ ਰਾਜ ਭਾਗ ਉਹ ਸ਼ਾਹੀ ਪੁਸ਼ਾਕ ਉਹਦੀ ਕੋਈ ਪਰਵਾਹ ਨਹੀਂ ਕੀਤੀ। ਕਹਿੰਦੇ ਉਸ ਭੀਲਾਂ ਦੀ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ, ਅਤੇ ਇਤਿਹਾਸ ਵਿੱਚ ਲਿਖਿਆ ਕਿ ਇੰਨੇ ਨੂੰ ਉਹਦਾ ਪਰਿਵਾਰ ਪਹੁੰਚ ਗਿਆ। ਜਦੋਂ ਪਰਿਵਾਰ ਪਹੁੰਚਿਆ, ਜਿਸ ਨੂੰ ਬੁਲਾਉਣਾ ਸੀ ਸਾਰਾ ਉਹ ਸਮਾਂ ਸੰਭਾਲਿਆ, ਯੁਧਿਸ਼ਟਰ ਦੇ ਕੱਪੜੇ ਜਿਹੜੇ ਨੇ ਨਾ ਲਿਖਿਆ ਕਿ ਲਹੂ ਨਾਲ ਹੋਰ ਗੰਦੇ ਵੀ ਹੋ ਗਏ, ਉਹਨੇ ਪਰਿਵਾਰ ਤੋਂ ਆਗਿਆ ਲਈ। ਉਹ ਭੀਲਾਂ ਦੀ ਲੜਕੀ ਇੰਝ ਹੱਥ ਜੋੜ ਕੇ ਸ਼ੁਕਰਾਨੇ ਕਰ ਰਹੀ ਹੈ ਕਿ ਕਿਵੇਂ ਮਰਿਆਦਾ ਨਾਲ ਅੱਖਾਂ 'ਤੇ ਕਾਲੀ ਪੱਟੀ ਬੰਨ ਕੇ ਇੱਕ ਭੀਲਾਂ ਦੀ ਲੜਕੀ ਦੇ ਪੈਰਾਂ ਦੀਆਂ ਤਲੀਆਂ ਝੱਸੀਆਂ, ਇੱਕ ਭੀਲਾਂ ਦੀ ਲੜਕੀ ਗਰੀਬ ਉਹਦੇ ਪੇਟ 'ਤੇ ਤੇਲ ਮੱਲਿਆ। ਕਹਿੰਦੇ ਹੁਣ ਜਦੋਂ ਵਾਪਸ ਗਿਆ ਨਾ ਰਾਜ ਦਰਬਾਰ 'ਚ, ਇਸ਼ਨਾਨ ਪਾਣੀ ਕੀਤਾ, ਕੱਪੜੇ ਨਵੇਂ ਪਾਏ, ਅਤੇ ਹੁਣ ਜਦੋਂ ਦਰਬਾਰ 'ਚ ਗਿਆ ਨਾ, ਅਤੇ ਦਰਬਾਰ 'ਚ ਆਉਂਦਾ ਪਿਆ, ਅੱਗੋਂ ਕ੍ਰਿਸ਼ਨ ਜੀ ਨਾ ਦੋਵੇਂ ਹੱਥ ਜੋੜ ਕੇ ਕਹਿੰਦੇ, ਕਹਿੰਦੇ ਆਓ ਭਗਤ ਜੀ ਬੈਠੋ, ਆਓ ਭਗਤ ਜੀ ਬੈਠੋ। ਸਤਿ ਸ੍ਰੀ ਅਕਾਲ।
ਕ੍ਰਿਸ਼ਨ ਜੀ ਕਹਿੰਦੇ ਆਓ ਭਗਤ ਜੀ ਬੈਠੋ, ਤੇ ਉਹ ਯੁਧਿਸ਼ਟਰ ਕਹਿੰਦਾ ਮਹਾਰਾਜ ਇੰਨੇ ਸਾਲ ਹੋ ਗਏ ਮੇਰੇ ਕੰਨਾਂ ਨੂੰ ਤਰਸਦੇ ਆ ਕਿ ਮੈਂ ਜਦੋਂ ਆਉਂਦਾ ਮੈਨੂੰ ਕਹਿੰਦੇ ਹੋ ਆਓ ਰਾਜਨ ਬੈਠੋ, ਵਿਦਰ ਜਦੋਂ ਆਉਂਦਾ ਕਹਿੰਦੇ ਹੋ ਆਓ ਭਗਤ ਜੀ ਬੈਠੋ, ਤੇ ਮੈਂ ਤਰਸਦਾ ਰਹਿੰਦਾ ਸਾਂ ਵੀ ਮੈਨੂੰ ਭਗਤ ਨਹੀਂ ਕਹਿੰਦੇ, ਤੇ ਅੱਜ ਕੀ ਗੱਲ ਤੁਸੀਂ ਅੱਜ ਮੈਨੂੰ ਕਹਿੰਦੇ ਆਓ ਭਗਤ ਜੀ ਬੈਠੋ। ਕ੍ਰਿਸ਼ਨ ਜੀ ਹੱਸ ਪਏ, ਕਹਿੰਦੇ ਯੁਧਿਸ਼ਟਰ ਅੱਜ ਤੂੰ ਇਹੋ ਜਿਹਾ ਦਇਆਲਾ ਕੰਮ ਕਰਕੇ ਆਇਆ, ਇਹੋ ਜਿਹਾ ਦਇਆਲਾ ਕੰਮ ਕਰਕੇ ਆਇਆ ਜਿਹਦੇ ਨਾਲ ਨਿਰੰਕਾਰ ਦੇ ਘਰ ਵਿੱਚ ਤੈਨੂੰ ਭਗਤ ਦਾ ਦਰਜਾ ਮਿਲ ਗਿਆ। ਅੱਜ ਕੇ ਆਖੋ ਸਤਨਾਮ। ਅੱਜ ਤੂੰ ਆਪਣੇ ਸ਼ਾਹੀ ਲਿਬਾਸ ਦੀ ਪਰਵਾਹ ਨਹੀਂ ਕੀਤੀ, ਅੱਜ ਤੂੰ ਆਪਣੇ ਵੀ ਮੈਂ ਪਾਂਡਵ ਹਾਂ ਮੈਂ ਇੱਕ ਰਾਜਾ ਵਾਂ ਉਹ ਵੀ ਪਰਵਾਹ ਨਹੀਂ ਕੀਤੀ, ਇੱਕ ਗਰੀਬ ਭੀਲਾਂ ਦੀ ਲੜਕੀ ਤੇ ਤਨ ਦਾ ਦੁੱਖ ਆਇਆ ਤੇ ਤੂੰ ਉਸ ਸਮੇਂ ਨੂੰ ਅੱਖਾਂ ਤੇ ਕਾਲੀ ਪੱਟੀ ਬੰਨ ਕੇ ਨੀਵਾਂ ਕੰਮ ਕਰਕੇ ਵੀ ਸੰਭਾਲਿਆ, ਅੱਜ ਤੂੰ ਉਹ ਕੰਮ ਕੀਤਾ ਕਿ ਨਿਰੰਕਾਰ ਦੇ ਘਰ ਵਿੱਚ ਤੈਨੂੰ ਭਗਤ ਦਾ ਦਰਜਾ ਕਹਿ ਦੋ ਗੱਜ ਕੇ ਸਤਨਾਮ। ਕੋਈ ਤਨ ਕਰਕੇ ਦੁਖੀ ਜਾਂ ਰੋਗੀ, ਇਹ ਤੀਜੀ ਦਇਆ। ਪੰਜ ਮਿੰਟ ਸਹਿਯੋਗ ਦੇਣਾ ਜੇ ਇੱਕ ਵਾਰੀ ਫਿਰ ਪੜੋ, ਇਹਦਾ ਕਿੰਨਾ ਮਹੱਤਵ ਹੈ। ਸਾਰੇ ਗੱਜ ਕੇ ਆਖੋ ਸਤਿਗੁਰੂ। ਤੀਜੀ ਦਇਆ, ਕੋਈ ਤਨ ਕਰਕੇ ਰੋਗੀ ਏ ਜਾਂ ਦੁਖੀ ਏ, ਉਹਦੇ ਕੰਮ ਆਉਣ। ਇਹ ਮੈਂ ਜਿਹੜੀਆਂ ਜਗਤ ਹਿੰਟ ਜੇ ਦੇ ਰਿਹਾ, ਹੋ ਸਕਦਾ ਵੱਡੇ ਹੋਣ, ਪਰ ਆਪ ਜੀ ਨੂੰ ਬੇਨਤੀ ਭਾਵੇਂ ਛੋਟੇ ਲੈਵਲ ਤੇ ਵੀ। ਦਿੱਲੀ ਵਿੱਚ ਕੁਝ ਮਹੀਨੇ ਪਹਿਲਾਂ ਕਿਸੇ ਦੇ ਜਵਾਨ ਪੁੱਤਰ ਨੂੰ ਕੋਈ ਤਕਲੀਫ ਹੋ ਗਈ ਸੀ, ਤੇ ਇਹ ਡਾਕਟਰੀ ਪੜ੍ਹਾਈ ਹੈ ਵੀ ਅੰਦਰ ਵਾਈਟ ਸੈੱਲ ਘਟ ਗਏ। ਉਹ ਡਾਕਟਰ ਨੇ ਕਿਹਾ ਜੀ ਕੋਈ ਬੰਦਾ ਲਿਆਓ, ਫਿਰ ਉਹਦੇ ਵਾਈਟ ਸੈੱਲ ਇਹਦੇ 'ਚ ਪਾਵਾਂਗੇ। ਉਹਨਾਂ ਇੱਕ ਰਿਸ਼ਤੇਦਾਰ ਨੂੰ ਪੁੱਛਿਆ, ਉਹ ਕਹਿੰਦੇ ਜੀ ਇਹ ਕਿਸੇ ਹੋਰ ਨੂੰ ਕੋਲ ਕਰਾ ਲਓ। ਆਖੋ ਸਤਨਾਮ। ਦੂਜੇ ਨੂੰ ਪੁੱਛਿਆ ਜੀ ਇਹ ਕੰਮ ਹੋਰ ਕਿਸੇ ਕੋਲ। ਤੀਜੇ ਰਿਸ਼ਤੇਦਾਰ ਨੂੰ ਪੁੱਛਿਆ ਵੀ ਤੇਰੇ ਵਾਈਟ ਸੈੱਲ ਲੈਣੇ ਤੇ ਉਹ 'ਚ ਪਾਉਣੇ ਆ, ਫਿਰ ਉਹ ਜੇ 'ਚੋਂ ਲੈਂਦੇ ਉਹ ਥੋੜ੍ਹੇ ਸਮੇਂ ਉਹਦੇ ਪੂਰੇ ਹੋ ਜਾਂਦੇ। ਇਹ ਮੈਂ ਮਹਾਰਾਜ ਦੀ ਹਜ਼ੂਰੀ 'ਚ ਕਹਿ ਰਿਹਾ ਜੀ। ਗੁਰੂ ਗੋਬਿੰਦ ਸਿੰਘ ਦਾ ਬਖਸ਼ਿਆ ਪਰਿਵਾਰ, ਬਖਸ਼ਿਆ ਪਰਿਵਾਰ, ਗੁਰਦੁਆਰਾ ਸੀਸਗੰਜ ਸਾਹਿਬ ਦਾ ਜੱਥਾ, ਉਹਦਾ ਇੱਕ ਮੈਂਬਰ ਉਹਨੂੰ ਮਿਲ ਗਿਆ ਤੇ ਉਹਨੂੰ ਆਖਿਆ ਇਸ ਤਰ੍ਹਾਂ ਕੁਝ ਵਾਈਟ ਸੈੱਲ ਚਾਹੀਦੇ ਨੇ। ਉਹ ਡਾਕਟਰ ਇਲਾਜ ਕਰ ਰਿਹਾ ਮੇਰੇ ਪੁੱਤਰ ਦਾ, ਨਾਲ ਨਾਲ ਪੂਰੇ ਕਰਨੇ। ਜਦੋਂ ਗੁਰੂ ਦੇ ਸਿੱਖ ਨੂੰ ਕਿਹਾ, ਉਹਨੇ ਇੱਕ ਘੰਟੇ ਬਾਅਦ 10 ਸਿੰਘ ਖੁਲਾਰ ਦਿੱਤੇ। ਕਹਿੰਦੇ ਇੱਕ ਦੇ ਨਹੀਂ ਭਾਵੇਂ 10 ਦੇ ਲੈ ਲਓ, ਸਾਨੂੰ ਕਲਗੀਧਰ ਵੱਲੋਂ ਇਹ ਸਿੱਖਿਆ ਮਿਲੀ ਹੋਈ ਹੈ। ਨਿੱਕੇ ਲੈਵਲ ਤੇ ਦੇਖੋ, ਇਹ ਸਾਇੰਸ ਦਾ ਡਾਕਟਰਾਂ ਦਾ ਕਹਿਣਾ ਹੈ ਕਿ ਜਿਹੜਾ 40-45 ਤੋਂ ਥੱਲੇ ਵੀ ਆਪਣਾ ਕਿਸੇ ਨੂੰ ਬਹੁਤ ਬਲੱਡ ਲੋੜ ਹੈ,
ਇੰਨੀ ਉਮਰ ਤੋਂ ਥੱਲੇ ਆ ਰਿਸ਼ਟ ਬੁਸ਼ਟ ਅਤੇ ਦੇ ਦਿੰਦਾ ਅਤੇ ਉਹ ਡਾਕਟਰ ਆਮ ਕਹਿੰਦੇ ਵੀ 2-3 ਘੰਟੇ ਬਾਅਦ ਉਹਦਾ ਪੂਰਾ ਹੋ ਜਾਂਦਾ। ਇਹ ਤੁਹਾਡੇ ਬਲੱਡ ਨਾਲ ਕਿਸੇ ਦੀ ਜਾਨ ਬਚ ਸਕੇ, ਇਹ ਵੀ ਤਨ ਕਰਕੇ ਕੋਈ ਦੁਖੀ ਰੋਗੀ ਉਹਦੇ 'ਤੇ ਦਿਆ। ਵਾਈਟ ਸੈੱਲ ਲੋੜ ਨੇ ਜੋ 10 ਸਿੰਘ ਆ ਗਏ ਅਸੀਂ ਹਾਜ਼ਰ ਹਾਂ। ਇਹ ਗੁਰੂ ਗੋਬਿੰਦ ਸਿੰਘ ਦੀਆਂ ਬਖਸ਼ਿਸ਼ਾਂ, ਆਖੋ ਸਤਨਾਮ ਰਹਿਣ। ਇਹ ਮਤਲਬ ਨਿੱਕੇ ਲੈਵਲ 'ਤੇ ਵੀ ਇਹ ਕਰ ਸਕਦੇ ਹਾਂ ਆਪਾਂ, ਛੋਟੇ ਲੈਵਲ 'ਤੇ। ਬਾਬਾ ਜੀ ਦੀ ਗੋਦ 'ਚ ਬੈਠਾ, ਇੱਕ ਹੋਰ ਛੋਟਾ ਲੈਵਲ ਸੁਣ ਲਓ। ਕੋਈ ਤਨ ਕਰਕੇ ਦੁਖੀ, ਮੈਂ ਇੱਕ ਘਰ 'ਚ ਬੈਠਾ ਸਾਂ, ਸੱਸ ਉੱਚੀ ਉੱਚੀ ਰੋ ਪਈ, ਸੱਸ ਨੂੰ ਇਹ ਗੱਲ ਲਿਖੀ ਜੀ ਹੈ ਘਰੇਲੂ, ਮੈਂ ਤਾਂ ਨਿੱਕੀ ਸੁਣਾਉਂਦਾ ਵੀ ਦੋਵੇਂ ਲੈਵਲ ਆ ਜਾਣ, ਵੱਡਾ ਵੀ ਛੋਟਾ। ਸੱਸ ਨੇ ਥੋੜ੍ਹੀ ਉੱਚੀ ਰੋ ਪਈ ਅਤੇ ਨੂੰਹ ਨੇ ਪੁੱਛਿਆ ਵੀ ਕਿਉਂ ਰੋ ਰਹੇ ਹੋ, ਅਤੇ ਉਗੋਂ ਕਹਿੰਦੀ ਹੈ 5 ਮਿੰਟ ਘੱਟ 4 ਹੋ ਗਏ ਨੇ, 4 ਵਜੇ ਮੈਂ ਰੋਜ਼ ਸ਼ਾਮੀ ਦਰਬਾਰ ਸਾਹਿਬ ਜਾਂਦੀ ਹਾਂ, ਗਿੱਚੀ ਨੂੰ ਇੰਨੀ ਦਰਦ ਹੋ ਰਹੀ ਹੈ, ਇੰਨੀ ਦਰਦ ਹੋ ਰਹੀ ਹੈ ਕਿ ਮੈਂ ਰੋਨੀ ਤਾਂ ਪਈ ਹਾਂ, ਇੱਕ ਤਾਂ ਦਰਦ ਹੋ ਰਹੀ ਹੈ ਗਿੱਚੀ ਨੂੰ, ਇੱਕ ਮੇਰਾ ਦਰਬਾਰ ਸਾਹਿਬ ਟੁੱਟ ਨਾ ਜਾਵੇ ਰੋਟੀ। ਹੁਣ ਵੇਖੋ, ਹੁਣ ਇੱਥੇ ਨੂੰਹ ਹੱਥ ਹਾਰ ਕੇ ਬੈਠੀ ਹੋਵੇ, ਚੰਦੀ ਦਰਦ ਮੈਂ ਹੀ ਕਰਨਾ। ਘਰ 'ਚ ਵੀ ਤਨ ਕਰਕੇ ਰੋਗੀ ਹੋ ਸਕਦਾ, ਘਰ 'ਚ ਵੀ ਤਨ ਕਰਕੇ ਦੁਖੀ ਹੋ ਸਕਦਾ। ਉਸ ਨੂੰਹ ਨੇ ਆਮ ਘਰਾਂ ਦਵਾਈਆਂ ਦਾ ਪਰਸ ਬਣਿਆ ਹੁੰਦਾ, ਦਵਾਈਆਂ ਦਾ ਪਰਸ ਖੋਲਿਆ, ਇੱਕ ਦਰਦ ਦੀ ਗੋਲੀ ਕੱਢੀ, ਸੱਸ ਨੂੰ ਦਿੱਤੀ। ਇਹ ਮੇਰੇ ਵੇਖਦੇ ਆ, ਇੱਕ ਕੋਈ ਉਹਨੇ ਕਰੀਮ ਕੱਢੀ ਜਿਹਦੀ ਥੋੜ੍ਹੀ ਮਾਲਿਸ਼ ਕਰਦੇ ਤਾਂ ਦਰਦ ਚੁੱਕੀ ਜਾਂਦੀ ਹੈ, ਕੁਝ ਵੀ ਉਹ ਕਰੀਮ ਕੱਢੀ, ਉਹ ਜਦੋਂ ਗਿੱਚੀ 'ਤੇ 5 ਮਿੰਟ ਵਾਹਿਗੁਰੂ ਜਪਦੇ ਆ, ਸੱਸ ਦੇ ਮੱਲੀ ਗੋਲੀ ਨਾਲ ਦੇਤੀ। ਅਤੇ ਇਹ ਮੇਰੇ ਵੇਖਦਿਆਂ ਦੀ ਗੱਲ ਜੇ ਕਿ 10-11 ਮਿੰਟ ਬਾਅਦ ਉਹ ਸੱਸ ਜਿਹੜੀ ਦਰਦ ਨਾਲ ਰੋ ਰਹੀ ਸੀ ਨਾ, ਹੁਣ ਹੱਸਦੀ ਪਈ ਹੈ, ਖੁਸ਼ ਹੈ। ਨੂੰਹ ਨੇ ਸੁਭਾਵਕ ਮਤਲਬ ਹੁਣ ਹੱਸਦੇ ਪਏ, ਕੀ ਗੱਲ ਖੁਸ਼ ਹੋ? ਕਹਿੰਦੀ ਦਰਦ ਚੁੱਕੀ ਗਈ ਹੈ, ਵੀ ਦੋਵੇਂ ਕਾਰਜ ਹੋ ਗਏ ਨੇ, ਦਰਦ ਵੀ ਚਲੀ ਗਈ ਹੈ ਅਤੇ ਹੁਣ ਮੈਂ ਦਰਬਾਰ ਸਾਹਿਬ ਵੀ ਜਾਣ ਲੱਗੀ ਹਾਂ। ਵੇਖੋ ਇਹ ਨਿੱਕਾ ਲੈਵਲ ਹੈ, ਆਪੋ ਸਤਨਾਮ। ਇਹ ਘਰ ਵਿੱਚ ਵੀ ਕਿਸੇ ਨੂੰ ਤਨ ਕਰਕੇ ਤਕਲੀਫ ਹੈ, ਤੁਸੀਂ ਉਹਦੇ 5-7 ਮਿੰਟ ਕਿਸੇ ਕੰਮ ਆ ਗਏ, ਗੁਰੂ ਗੋਬਿੰਦ ਸਿੰਘ ਕਹਿੰਦੇ ਤੂੰ ਘਰ ਵਿੱਚ ਵੀ ਦਇਆ ਕਮਾ ਸਕਦਾ ਹੈ, ਇਹਨੂੰ ਉਲਟਾ ਵੀ ਲੈ ਸਕਦਾ। ਨੂੰ ਨੂੰ ਇਹ ਤਕਲੀਫ, ਸੱਸ ਨੇ ਸਮਾਂ ਸੰਭਾਲ ਲਿਆ, ਉਹਨੂੰ ਇਹ ਤਾਂ ਦੂਜੇ ਨੇ, ਨਨਾਣ ਨੂੰ ਅਤੇ ਦਰਾਣੀ ਨੇ। ਗੁਰੂ ਆਹ ਮੰਗਦਾ, ਗੁਰੂ ਸਾਡੇ ਘਰਾਂ 'ਚੋਂ ਆਹ ਖੁਸ਼ਬੋ ਮੰਗਦਾ ਹੈ। ਵਿੱਚ ਦੁਨੀਆ ਤਾਂ ਦਰਗੇ ਬੈਸ, ਕੋਈ ਤਨ ਕਰਕੇ ਰੋਗੀ ਜਾਂ ਦੁਖੀ ਉਹਦੇ ਵੀ ਕੰਮ ਆ ਜਾਣਾ, ਇਹ ਤੀਜੀ ਦਇਆ ਹੈ। ਘਰੇਲੂ ਲੈਵਲ, ਵੱਡੇ ਲੈਵਲ। ਆ ਤੁਹਾਡਾ ਪਿਓ ਕੋੜਖਾਨੇ ਜਾ ਕੇ ਆਪ ਕੋੜੀਆਂ ਦੀ ਸੇਵਾ ਕਹਿ ਦਿਓ, ਗੱਜ ਕੇ ਸਤਨਾਮ। ਬਾਬਾ ਜੀ ਮਿਹਰ ਕਰ। ਮੈਂ ਇੱਕ ਇਤਿਹਾਸ ਪੜ੍ਹ ਰਿਹਾ ਸਾਂ, 1 ਜੁਲਾਈ ਨੇ ਗੁਰੂ ਨਾਨਕ ਮਹਾਰਾਜ ਨੂੰ ਨਾ ਗਲੀਚਾ ਭੇਟਾ ਕੀਤਾ, ਗਲੀਚਾ ਬੁਣ ਕੇ ਨਾ ਜੁਲਾਇਆ ਸੀ, ਬਹੁਤਾ ਅਮੀਰ ਵੀ ਨਹੀਂ ਸੀ ਅਤੇ ਗਲੀਚਾ ਬੁਣਿਆ, ਆਉਂ ਗੁਰੂ ਨਾਨਕ ਸਾਹਿਬ ਨੂੰ ਭੇਟਾ ਕੀਤਾ, ਗੁਰੂ ਨਾਨਕ ਮਹਾਰਾਜ ਜੀ ਇਹ ਗਲੀਚਾ ਪ੍ਰਵਾਨ ਕਰੋ। ਅਤੇ ਬਾਬਾ ਜੀ ਨੇ ਨਾ ਪਾਸੇ ਕਰਕੇ ਨਾ ਕਹਿੰਦੇ ਭਾਈ ਲੋੜ ਨਹੀਂ, ਕਹਿੰਦਾ ਜੀ ਮੈਂ ਬੜੇ ਚਾਅ ਨਾਲ ਬੁਣਿਆ, ਪ੍ਰਵਾਨ ਕਰੋ। ਅਤੇ ਮੈਂ ਇਤਿਹਾਸ 'ਚ ਪੜ੍ਹਿਆ, ਬਾਬਾ ਕੀ ਕਹਿੰਦਾ, ਕਹਿੰਦਾ ਭਾਈ ਮੇਰੇ ਵਾਸਤੇ, ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮੇਰੇ ਵਾਸਤੇ ਸਾਰੀ ਧਰਤੀ ਗਲੀਚਾ ਹੀ ਹੈ, ਆਖੋ ਸਤਨਾਮ, ਸਾਰੀ ਧਰਤੀ ਮੇਰੀ ਹੈ, ਗਲੀਚਾ ਹੀ ਹੈ। ਕਹਿੰਦਾ ਨਹੀਂ, ਉਹ ਧਰਤੀ ਸਾਰੀ ਤੁਹਾਡੇ ਲਈ ਗਲੀਚਾ, ਪਰ ਪ੍ਰਵਾਨ ਕਰੋ ਜੁਲਾਹਾ ਇੱਕ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਮੈਨੂੰ ਇੰਜ ਲੱਗਦਾ ਵੀ ਇਹ ਗਲੀਚੇ ਦੇ ਪਿੱਛੇ ਤੇਰੀ ਅਰਦਾਸ ਹੈ, ਕੋਈ ਗੱਲ ਕਿ ਆਖੋ ਸਤਨਾਮ, ਕੋਈ ਮੰਗ ਹੈ ਤੇਰੀ, ਆ ਜਿਹੜਾ ਗਲੀਚਾ ਬੁਣ ਕੇ ਦਿੰਦਾ ਪਿਆ ਇਹਦੇ ਪਿੱਛੇ ਕੋਈ ਮੰਗ ਹੈ ਤੇਰੀ,
ਚੁੱਪ ਕਰ ਗਿਆ, ਬੋਲਦਾ ਨਹੀਂ। ਕਹਿੰਦਾ ਜੀ ਗਲੀਚਾ ਇਸ ਸੁੱਖਣਾ ਨਾਲ ਦੇ ਰਿਹਾ, ਮੇਰੇ ਘਰੋਂ ਲਾ ਦੋ ਬੱਚਾ ਹੈ ਨਹੀਂ। ਹੋਏ ਹੋਏ ਇਤਿਹਾਸ ਹੈ। ਕਹਿੰਦੇ ਇੱਕ ਕੁੱਤੀ ਤੇ ਉਹਦੇ ਬੱਚੇ ਠੰਡ ਦੇ ਨਾਲ ਠਰਦੇ ਪਏ ਸਾਹਮਣੇ 15 ਫੁੱਟ ਦੂਰ। ਗੁਰੂ ਨਾਨਕ ਸਾਹਿਬ ਅੱਗੋਂ ਕੀ ਕਹਿੰਦੇ, ਜਾ ਇਹ ਗਲੀਚਾ ਉਹਨਾਂ ਦੇ ਉੱਤੇ ਪਾ ਦੇ, ਉਹਨਾਂ ਤੇ ਪਾ ਦੇਗਾ ਮੈਨੂੰ ਪਹੁੰਚ ਜਾਏਗਾ। ਆਖੋ ਸਤਨਾਮ ਵਿੱਚ ਦੁਨੀਆ ਤਾਂ ਦਰਗੇ ਬੈਸਣ ਪਾਈਏ, ਕਹੋ ਨਾਨਕ ਇਹ ਤੀਜੀ ਦਇਆ। ਕਿਸੇ ਦਾ ਤਨ ਰੋਗੀ, ਕਿਸੇ ਦਾ ਤਨ ਦੁਖੀ, ਜੇ ਤੂੰ ਉਹਦੇ ਕੰਮ ਵੀ ਆ ਗਿਆ, ਇਸ ਤੋਂ ਵੱਡੀ ਕੀ ਮਿਸਾਲ ਹੈ। ਪਿਪਲੀ ਸਾਹਿਬ ਕਾਬਲ ਤੋਂ ਸੰਗਤ ਆਈ, ਜਿੱਥੇ ਪੱਖਾ ਝੱਲਿਆ, ਜਿੱਥੇ ਦੇਗ ਵੰਡੀ, ਜਿੱਥੇ ਆਪ ਹੱਥੀ ਸੰਗਤ ਨੂੰ ਗੁਰੂ ਅਰਜਨ ਦੇਵ ਜੀ ਨੇ ਜਲ ਛਕਾਇਆ। ਜਦੋਂ ਕੁਝ ਬਜ਼ੁਰਗ ਆਪਣੀਆਂ ਲੱਤਾਂ ਆਪੇ ਘੁੱਟਦੇ ਪਏ ਤੇ ਗੁਰੂ ਅਰਜਨ ਦੇਵ ਜੀ ਕੋਲ ਚਲੇ ਗਏ, ਕਹਿੰਦੇ ਬਜ਼ੁਰਗੋ ਤਨ ਦਰਦ ਹੋ ਰਿਹਾ, ਇਹ ਝੋਲੀ 'ਚ ਮੇਰੀ ਸੇਵਾ ਪਾ ਦਿਓ। ਆਖੋ ਸਤਨਾਮ। ਹੁਣ ਦੁਨੀਆਂ ਦਾ ਮਾਲਕ ਗੁਰੂ ਅਰਜਨ ਦੇਵ ਜੀ ਲੱਤਾਂ ਘੁੱਟ ਰਹੇ, ਮੁੱਠੀ ਚਾਬੀ ਕਰ ਰਹੇ, ਮੋਢੇ ਘੁੱਟ ਰਹੇ ਆ, ਉਹਨਾਂ ਦੇ ਤਨ ਨੂੰ ਥਕਾਵਟ ਹੈ। ਤਨ ਨੂੰ ਸਹੂਲਤ ਪਹੁੰਚੇ ਤੇ ਹੁਣ ਹੈ ਭੇਸ ਬਦਲਾਇਆ ਸੀ। ਜਦੋਂ ਬਜ਼ੁਰਗਾਂ ਦੀਆਂ ਲੱਤਾਂ ਘੁੱਟਦੇ ਪਏ ਆ, ਮੋਢੇ ਘੁੱਟਦੇ ਪਏ ਆ, ਇੱਕ ਬਜ਼ੁਰਗ ਦੀਆਂ ਲੱਤਾਂ ਘੁੱਟਦੇ ਪਏ, ਬੜੇ ਚਾਅ ਨਾਲ ਜੁੜ ਕੇ ਗੁਰੂ ਅਰਜਨ ਦੇਵ ਜੀ, ਸ਼ੁਕਰ ਹੈ ਮੈਨੂੰ ਸੇਵਾ ਮਿਲੀ, ਭੇਸ ਬਦਲਾਇਆ ਸੀ। ਤੇ ਅੱਗੋਂ ਬਜ਼ੁਰਗ ਗੁਰੂ ਅਰਜਨ ਦੇਵ ਜੀ ਦੀ ਪਿੱਠ 'ਤੇ ਹੱਥ ਮਾਰ ਕੇ ਕਹਿੰਦਾ, ਕਹਿੰਦਾ ਮੁੰਡਿਆ ਬੜਾ ਸੁੱਖ ਦਿੱਤਾ ਹੀ, ਮੁੰਡਿਆ ਬੜੀ ਸੇਵਾ ਕੀਤੀ ਆ, ਸਵੇਰੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਾਂਗੇ, ਤੇਰੀ ਵੀ ਹਾਜ਼ਰੀ ਲਵਾਵਾਂਗੇ। ਆਖੋ ਸਤਨਾਮ। ਆ ਨਹੀਂ ਪਤਾ ਗੁਰੂ ਅਰਜਨ ਦੇਵ ਜੀ ਆਪ ਪੂਰਨੇ ਪਾ ਰਹੇ ਆ ਕਿ ਆਪਣੇ ਲਈ ਤੇ ਸਾਰੇ ਜੀਂਦੇ ਨੇ। ਇਹ ਤੀਜੀ ਦਇਆ, ਕਿਸੇ ਦਾ ਤਨ ਰੋਗੀ ਜਾਂ ਦੁਖੀ, ਉਹਦੇ ਵਾਸਤੇ ਵੀ ਘਰੇਲੂ ਲੈਵਲ 'ਤੇ, ਸਮਾਜ ਲੈਵਲ 'ਤੇ, ਧਰਮ ਦੇ ਲੈਵਲ 'ਤੇ ਤੇਰੇ ਕੋਲੋਂ ਦਇਆ ਦੁਨੀਆ 'ਤੇ ਹੋਵੇ। ਆਖੋ ਸਤਨਾਮ। ਅੱਜ ਤੀਜੀ ਦਇਆ ਘਰਾਂ 'ਚ ਲੈ ਕੇ ਜਾਣੀ। ਐਸਾ ਗੁਰ ਵਡ ਪਾਜੀ ਪਏ, ਐਸਾ ਗੁਰ ਵਡ ਐਸਾ ਗੁਰ ਬੋਲੇ ਸੋਨੇ
ਮਹਾਪੁਰਸ਼ਾਂ ਅਤੇ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਜੀ ਦੀ ਆਸੀ ਸਤਕਾ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਵੱਲੋਂ ਪੰਜਵੀਂ ਲਹਿਰ 350 ਸਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਦੇ ਸੰਬੰਧ ਵਿੱਚ 3 ਜੁਲਾਈ 2016 ਨੂੰ ਹੋਏ 12ਵੇਂ ਜਪ ਤਪ ਸਮਾਗਮ ਵਿੱਚ ਬੇਅੰਤ ਸੰਗਤਾਂ ਨੇ ਬੇਅੰਤ ਗੁਰਬਾਣੀ ਪਾਠ ਤੇ ਸਿਮਰਨ ਜਾਪ ਦੀਆਂ ਹਾਜ਼ਰੀਆਂ ਲਗਾਈਆਂ। ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਸ਼ੁਕਰਾਨਾ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸੇ ਲਹਿਰ ਦੇ ਸੰਬੰਧ ਵਿੱਚ 13ਵਾਂ ਜਪ ਤਪ ਅਰਦਾਸ ਸਮਾਗਮ ਮਿਤੀ 3 ਦਸੰਬਰ 2016 ਦਿਨ ਸ਼ਨੀਵਾਰ ਨੂੰ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖਿਆ ਗਿਆ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਵੱਧ ਤੋਂ ਵੱਧ ਵਾਹਿਗੁਰੂ ਸਿਮਰਨ ਜਾਪ, ਸ੍ਰੀ ਜਪਜੀ ਸਾਹਿਬ ਜੀ, ਸ੍ਰੀ ਜਾਪ ਸਾਹਿਬ ਜੀ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੀ ਹਾਜ਼ਰੀ ਲਗਵਾਓ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ 98765 25825 27 30 ਅਤੇ 33।